ਕੁਝ ਦਿਨ ਪਹਿਲਾਂ ਮਸਕਟ ਦੇ ਭਾਰਤੀ ਦੂਤਾਵਾਸ ਅੰਦਰ ਭਾਰਤ ਆਉਣ ਲਈ ਤਰਲੇ ਕਰ ਰਹੀਆਂ ਕੁਝ ਪੰਜਾਬੀ ਲੜਕੀਆਂ ਦੀ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਸੀ। ਇਸ ਵਿੱਚ ਉਕਤ ਲੜਕੀਆਂ ਰੋਂਦੀਆਂ ਹੋਈਆਂ ਆਪਣੇ ਹਾਲਾਤ ਬਿਆਨ ਕਰ ਰਹੀਆਂ ਸਨ। ਬੇਸ਼ੱਕ ਇਸ ਮਸਲੇ ਨੂੰ ਅਜੇ ਤੱਕ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ, ਪਰ ਉੱਘੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਓਬਰਾਏ ਨੇ ਇਸ ਮਸਲੇ ਦੇ ਹੱਲ ਲਈ ਮਿਸਾਲੀ ਪਹਿਲਕਦਮੀ ਕੀਤੀ ਹੈ। ਸਾਡੇ ਇੰਡੀਆ ਦੇ ਪੰਜਾਬ ਦੀਆਂ 11 ਜਾਣੀਆਂ ਇੱਥੇ ਇੰਡੀਆ ਵੈਸੇ ਦੇ ਵਿੱਚ ਫਸੀਆਂ ਹੋਈਆਂ ਨੇ। ਸਾਡੇ ਏਜੰਟਾਂ ਨੇ, ਪੰਜਾਬ ਦੇ ਏਜੰਟਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ। ਉਹਨਾਂ ਨੇ ਸਾਨੂੰ ਇੱਥੇ ਮਸਕਰ ਦੇ ਵਿੱਚ ਇਸ ਤਰ੍ਹਾਂ ਸਾਨੂੰ ਬਹੁਤ ਕੰਮ 'ਚ ਵੀ ਕਿਹਾ ਕਿ ਸਾਨੂੰ ਘਰਾਂ ਦੇ ਕੰਮ 'ਚ ਭੇਜਿਆ। ਉਹਨਾਂ ਨੇ ਸਾਡੇ ਘਰਾਂ ਵਾਲੇ ਸਪੋਂਸਰਾਂ ਨੇ ਸਾਨੂੰ ਬਹੁਤ ਜ਼ਿਆਦਾ ਟੋਰਚਰ ਅਤੇ ਕੁੱਟਦੇ ਮਾਰਦੇ ਸੀ। ਖਾਣਾ ਵੀ ਨਸੀਬ ਨਹੀਂ ਸੀ ਹੁੰਦਾ ਸਾਨੂੰ। ਇਸ ਤਰ੍ਹਾਂ ਉਹਨਾਂ ਨੇ ਕੁੱਟ ਕੁੱਟ ਕੇ ਸਾਡੀ ਸਾਰੇ ਤਬੀਅਤ ਵਿਗਾੜੀ ਹੋਈ ਹੈ। ਮੇਰੀ ਡਿਸਕ ਦੀ ਪ੍ਰੋਬਲਮ, ਮੈਨੂੰ ਸੱਟ ਲੱਗਣ ਕਰਕੇ ਮੇਰੀ ਡਿਸਕ ਦੀ ਪ੍ਰੋਬਲਮ ਹੋ ਚੁੱਕੀ ਹੈ। ਮੇਰਾ ਬਹੁਤ ਬੁਰੀ ਹਾਲਤ ਹੈ, ਮੇਰਾ ਲੱਕ ਤੋਂ ਚੱਲਿਆ ਨਹੀਂ ਜਾਂਦਾ। ਮੇਰੇ ਇਸ ਤਰ੍ਹਾਂ ਡਿਸਪੈਕਲ ਦੀ ਪ੍ਰੋਬਲਮ ਹੋ ਚੁੱਕੀ ਹੈ। ਮੇਰਾ ਬੀਪੀ ਬਹੁਤ ਜ਼ਿਆਦਾ ਵੱਧਦਾ, ਮੈਂ ਬਹੁਤ ਜ਼ਿਆਦਾ ਸੀਰੀਅਸ ਹਾਂ। ਮੈਨੂੰ ਕਿਤੇ ਵੀ 7 ਮਹੀਨੇ ਹੋ ਗਏ ਇੰਡੀਆ ਅੰਬੈਸੀ 'ਚ ਹੈਲਪ ਲੈਣ ਆਈ ਸਾਂ। ਇੰਡੀਆ ਅੰਬੈਸੀ ਕੁਛ ਨਹੀਂ ਕਰ ਰਹੀ ਮੇਰੇ ਲਈ। ਕਹਿੰਦੇ ਆ ਕਿ ਪਾਸਪੋਰਟ ਆਏਗਾ ਅਤੇ ਤੁਹਾਨੂੰ ਭੇਜਿਆ ਜਾਏਗਾ। ਮੇਰੇ ਪਾਸਪੋਰਟ ਦੀ ਵੇਟ ਕਰ ਰਹੀ, ਮੇਰਾ ਸਪੋਂਸਰ ਏਜੰਟ ਮੇਰਾ ਪਾਸਪੋਰਟ ਨਹੀਂ ਦੇ ਰਿਹਾ। ਉਹ ਇੱਧਰ ਦੇ 1200 ਰੁਪਇਆ ਮੰਗਦਾ, 1200 ਰਿਆਲ ਮੰਗਦਾ ਹੈ। ਅਸੀਂ ਇੰਨੇ ਪੈਸੇ ਕਿੱਥੋਂ ਦੇਈਏ? ਸਾਰੀਆਂ ਭੈਣਾਂ ਪੰਜਾਬਣਾਂ ਇੰਨੀ ਇੰਨੀ ਮੁਸ਼ਕਲ 'ਚ ਫਸੀਆਂ ਹੋਈਆਂ, ਸਾਡੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ। ਅਸੀਂ ਪੰਜਾਬ ਤੋਂ ਵੀ ਆਪਣੀ ਹੈਲਪ ਮੰਗਣੀ ਚਾਹੀ, ਸਾਡੇ ਕਿਸੇ ਮੰਤਰੀ ਨੇ ਕਿਸੇ ਨੇ ਸਾਡੀ ਕੁਛ ਵੀ ਮਦਦ ਨਹੀਂ ਕੀਤੀ। ਅਸੀਂ ਇੰਨੀ ਸੀਰੀਅਸ ਹਾਂ, ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ, ਮੈਂ ਨਾ ਉੱਠ ਕੇ ਚੱਲ ਸਕਦੀ ਨਾ ਕੁਛ। ਇੱਕ ਦੀਦੀ ਨੂੰ ਇਹਨਾਂ ਨੂੰ ਹਾਰਟ ਪੇਸ਼ੈਂਟ ਹੈ, ਇਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ। ਸਾਰੀਆਂ ਪੰਜਾਬ ਨਾਲ ਸਾਡੀਆਂ ਇੱਥੇ ਫਸੀਆਂ ਹੋਈਆਂ, ਸਾਡੀ ਪਲੀਜ਼ ਹੈਲਪ ਕੀਤੀ ਜਾਵੇ। ਅਸੀਂ ਬਹੁਤ ਮੁਸੀਬਤ ਦੇ ਵਿੱਚ, ਅਸੀਂ ਇੰਨੀ ਹਾਲ ਸਾਰੇ ਤਰਲੇ ਮਾਰ ਮਾਰ ਕੇ ਦੇਖ ਲਏ, ਸਾਡੀ ਕੋਈ ਵੀ ਹੈਲਪ ਨਹੀਂ ਕਰਦਾ ਪਿਆ। ਸਾਡੀ ਪਤਾ ਨਹੀਂ ਅਸੀਂ ਇੱਥੋਂ ਜਿੰਦਾ ਜਾਣਾ ਵੀ ਕਿ ਨਹੀਂ ਜਾਣਾ। ਸਾਨੂੰ ਸਾਡੇ ਬੱਚਿਆਂ 'ਚ ਬਚਾ ਦਾ, ਸਾਡੇ ਅਸੀਂ ਬਹੁਤ ਮੁਸ਼ਕਲ ਦੇ ਵਿੱਚ ਹਾਂ। ਅਸੀਂ ਸਾਡੇ ਬੱਚੇ ਪਿੱਛੇ ਤਰਸਣ ਡੇ ਹਾਂ। ਮੇਰੇ 2 ਬੱਚੇ ਹਾਂ, ਮੈਂ ਰੈਂਟ 'ਤੇ ਰਹਿੰਦੀ, ਮੇਰਾ ਕੋਈ ਵੀ ਨਹੀਂ ਮੇਰੇ ਬੱਚਿਆਂ ਨੂੰ ਪਿੱਛੇ ਦੇਖ ਰਿਹਾ। ਪਲੀਜ਼ ਸਾਡੀ ਹੈਲਪ ਕੀਤੀ ਜਾਵੇ। ਦੁਬਈ ਤੋਂ ਜਾਰੀ ਇੱਕ ਬਿਆਨ ਵਿੱਚ ਡਾਕਟਰ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਹੈ ਕਿ ਭਾਰਤ ਦੇ ਕੁਝ ਗਲਤ ਏਜੰਟ ਪੁਲੀਆਂ ਪਣੀਆਂ ਲੜਕੀਆਂ ਨੂੰ ਚੰਗੀ ਨੌਕਰੀ ਦਾ ਲਾਲਚ ਦੇ ਕੇ ਪਹਿਲਾਂ ਥੋੜ੍ਹੇ ਸਮੇਂ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦੁਬਈ ਭੇਜਦੇ ਨੇ। ਕੁਝ ਦਿਨਾਂ ਬਾਅਦ ਵੀਜ਼ਾ ਖਤਮ ਹੋਣ ਉਪਰੰਤ ਜਦ ਦੁਬਈ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿਣਾ ਔਖਾ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਲੜਕੀਆਂ ਨੂੰ ਗਲਤ ਤਰੀਕੇ ਨਾਲ ਸੜਕੀ ਰਸਤੇ ਰਾਹੀਂ ਮਸਕਟ ਲੈ ਜਾਂਦੇ ਨੇ, ਜਿੱਥੇ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹਨਾਂ ਲੜਕੀਆਂ ਨੂੰ ਖਰੀਦਣ ਵਾਲੇ ਜ਼ਿਮੀਂਦਾਰ ਆਪਣੇ ਖਰਚ 'ਤੇ ਇਹਨਾਂ ਦਾ ਵੀਜ਼ਾ ਲਗਵਾ ਕੇ ਇਹਨਾਂ ਨੂੰ ਆਪਣੇ ਕੋਲ ਰੱਖ ਕੇ ਘਰਾਂ ਤੋਂ ਇਲਾਵਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਭਾਰੀ ਕੰਮ ਕਰਵਾਉਂਦੇ ਨੇ, ਜਿਸ ਤੋਂ ਦੁਖੀ ਹੋ ਕੇ ਇਹ ਲੜਕੀਆਂ ਪਿੱਛੇ ਵਾਪਸ ਆਉਣਾ ਚਾਹੁੰਦੀਆਂ ਨੇ। ਪਰ ਮਜ਼ਬੂਰੀ ਵਾਸਤੇ ਵਾਪਸ ਨਹੀਂ ਆ ਸਕਦੀਆਂ ਕਿਉਂਕਿ ਇਹਨਾਂ ਦੇ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਇਹਨਾਂ ਦੇ ਖਰੀਦਦਾਰਾਂ ਦੇ ਕੋਲ ਹੁੰਦੇ ਨੇ। ਉਹਨਾਂ ਦੱਸਿਆ ਕਿ ਇਹ ਮਸਲਾ ਪਿਛਲੇ ਸਾਲ ਵੀ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਉਹਨਾਂ ਦੁਆਰਾ ਕੀਤੇ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਸਮੇਂ 104 ਲੜਕੇ ਨੇ ਆਪਣੇ ਕੰਮਾਂ ਤੋਂ ਭੱਜ ਕੇ ਮਸਕਟ ਅੰਬੈਸੀ ਅਤੇ ਗੁਰਦੁਆਰਾ ਸਾਹਿਬ ਅੰਦਰ ਸ਼ਰਨ ਲਈ ਸੀ। ਇਸ ਪਿੱਛੋਂ 65 ਲੜਕੀਆਂ ਭਾਰਤੀ ਸਨ। ਉਹਨਾਂ ਦੱਸਿਆ ਕਿ ਉਸ ਵੇਲੇ ਉਹਨਾਂ ਨੇ ਭਾਰਤ ਸਰਕਾਰ ਅਤੇ ਮਸਕਟ ਵਿੱਚ ਭਾਰਤੀ ਅੰਬੈਸਡਰ ਨੂੰ ਵੀ ਮਸਲੇ ਸੰਬੰਧੀ ਪੱਤਰ ਲਿਖ ਕੇ ਕਿਹਾ ਸੀ ਕਿ ਇਹਨਾਂ ਲੜਕੇ ਨੂੰ ਵਾਪਸ ਭੇਜਣ ਦੀ ਸੇਵਾ ਸਰਬੱਤਾ ਭਲਾ ਚੈਰੀਟੇਬਲ ਟਰੱਸਟ ਨੂੰ ਦਿੱਤੀ ਜਾਵੇ ਅਤੇ ਉਸ ਸਮੇਂ ਆਪਣੇ ਕੋਲੋਂ ਪੈਸੇ ਖਰਚ ਕਰਕੇ ਮਸਕਟ ਵਿੱਚ ਫਸੀਆਂ 6 ਲੜਕੇ ਨੂੰ ਵਾਪਸ ਭਾਰਤ ਵੀ ਭੇਜਿਆ ਸੀ। ਉਹਨਾਂ ਕਿਹਾ ਕਿ ਹੁਣ ਮੁੜ ਵੀਡੀਓ ਕਾਰਨ ਇਹ ਮਸਲਾ ਸਾਹਮਣੇ ਆਉਣ 'ਤੇ ਪਤਾ ਲੱਗਾ ਹੈ ਕਿ ਇਸ ਵੇਲੇ ਵੀ ਕਰੀਬ 99 ਲੜਕੀਆਂ ਨੇ ਮਸਕਟ ਦੇ ਭਾਰਤੀ ਦੂਤਾਵਾਸ ਵਿੱਚ ਸ਼ਰਨ ਲਈ ਹੋਈ ਹੈ, ਜਦਕਿ ਕੁਝ ਲੜਕੀਆਂ ਅਜੇ ਵੀ ਆਪਣੇ ਖਰੀਦਦਾਰਾਂ ਦੇ ਪੰਜੇ ਵਿੱਚੋਂ ਨਹੀਂ ਨਿਕਲ ਸਕੀਆਂ। ਉਹਨਾਂ ਦੱਸਿਆ ਕਿ ਇਹਨਾਂ 99 ਲੜਕੀਆਂ 'ਚੋਂ 6 ਲੜਕੀਆਂ ਪੰਜਾਬ ਦੀਆਂ ਨੇ, ਜਦਕਿ ਜ਼ਿਆਦਾਤਰ ਕਰੀਬ 60% ਲੜਕੀਆਂ ਹੈਦਰਾਬਾਦ ਦੀਆਂ ਨੇ।
ਉਹਨੇ ਕਿਹਾ ਕਿ ਅਰਬ ਦੇਸ਼ਾਂ ਅੰਦਰ ਗਲਤ ਤਰੀਕੇ ਨਾਲ ਫਸੀਆਂ 100 ਤੋਂ ਵਧੇਰੇ ਲੜਕੀਆਂ ਨੂੰ ਵਾਪਸ ਲਿਆਉਣ ਲਈ ਜਿੱਥੇ ਇਮੀਗ੍ਰੇਸ਼ਨ ਦੇ ਜੁਰਮਾਨੇ, ਓਵਰਸਟੇ ਦੀਆਂ ਪਲੈਂਟੀਆਂ ਅਤੇ ਕੋਰਟ ਦੇ ਖਰਚਿਆਂ ਤੋਂ ਇਲਾਵਾ ਉਹਨਾਂ ਦੇ ਖਰੀਦਦਾਰਾਂ ਨੂੰ ਉਹਨਾਂ ਦਾ ਖਰੀਦ ਮੁੱਲ ਅਤੇ ਵੀਜ਼ਾ ਲੈਣ 'ਤੇ ਹੋਇਆ ਖਰਚ ਵਾਪਸ ਕਰਨਾ ਪਵੇਗਾ ਜੋ ਇਹਨਾਂ ਲੜਕੀਆਂ ਦੇ ਪਰਿਵਾਰ ਆਪਣੇ ਕੋਲੋਂ ਖਰਚ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਨੂੰ ਵਾਪਸ ਭੇਜਣ ਲਈ 1 ਤੋਂ 1.5 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਇਹ ਸਾਰਾ ਖਰਚ ਉਹਨਾਂ ਆਪਣੇ ਕੋਲੋਂ ਕਰਕੇ ਲੜਕੀਆਂ ਨੂੰ ਉਹਨਾਂ ਦੇ ਘਰਾਂ ਤੱਕ ਵਾਪਸ ਭੇਜਣ ਲਈ ਬਿਲਕੁਲ ਤਿਆਰ ਨੇ, ਪਰ ਇਸ ਗੰਭੀਰ ਮਸਲੇ ਲਈ ਉਹਨਾਂ ਨੂੰ ਭਾਰਤ ਸਰਕਾਰ ਦੀ ਵਿਸ਼ੇਸ਼ ਮਦਦ ਦੀ ਜ਼ਰੂਰਤ ਹੈ। ਇਸ ਦੌਰਾਨ ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਅੰਦਰ ਮੌਜੂਦ ਗਲਤ ਏਜੰਟਾਂ ਨੂੰ ਨੱਥ ਵੀ ਪਾਉਣ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ੀ ਧਰਤੀ ਉੱਤੇ ਰੋਲਣਾ ਨਾ ਪਵੇ। ਇੰਡੀਆ ਦੀਆਂ ਕੁਛ ਲੜਕੀਆਂ ਜਿਹੜੀਆਂ ਨੇ, ਜਿਹੜੀਆਂ ਕਿ ਗਲਤ ਏਜੰਟਾਂ ਦੇ ਥਰੂ UAE 'ਚ ਆ ਜਾਂਦੀਆਂ ਨੇ, ਇੱਥੇ ਉਹ ਜਿਹੜੇ ਇਲੀਗਲ ਹੋ ਜਾਂਦੀਆਂ ਨੇ ਅਤੇ ਉਹਨਾਂ ਨੂੰ ਫਿਰ ਮਸਕਟ ਲਿਜਾਇਆ ਜਾਂਦਾ ਹੈ। ਮਸਕਟ ਜਾ ਕੇ ਜਿਹੜੇ ਜ਼ਿੰਮੀਦਾਰ ਹੈਗੇ ਨੇ ਉਹਨਾਂ ਕੋਲ ਉਹ ਲੜਕੀਆਂ ਭੇਜ ਦਿੱਤੀਆਂ ਜਾਂਦੀਆਂ ਨੇ। ਇਹ ਗੱਲ ਸਰਬੱਤ ਦੇ ਪਹਿਲਾਂ ਚੈਰੀਟੇਬਲ ਟਰੱਸਟ ਕੋਲ ਪਿਛਲੇ ਸਾਲ ਵੀ ਆਈ ਸੀ। ਟਰੱਸਟ ਨੇ ਉਸਲੇ ਥੋੜ੍ਹੀ ਜਿਹੀ ਗੱਲਬਾਤ ਕਰਕੇ ਉੱਥੇ ਸਾਡੀ ਟੀਮ ਗਈ, ਜਾ ਕੇ ਅਸੀਂ 5-6 ਲੜਕੀਆਂ ਜਿਹੜੀਆਂ ਸੀ ਇੰਡੀਆ ਦੀਆਂ, ਜਿਹਨਾਂ 'ਚੋਂ 4 ਲੜਕੀਆਂ ਪੰਜਾਬ ਦੀਆਂ ਸੀ, ਉਹ ਅਸੀਂ ਪੈਸੇ ਭਰ ਕੇ ਇਹਨਾਂ ਨੂੰ ਵਾਪਸ ਕੀਤੀਆਂ ਸੀਗੀਆਂ। ਉਸ ਟਾਈਮ 'ਤੇ ਇੰਡੀਆ ਗੌਰਮੈਂਟ ਨੂੰ ਜਾਂ ਅੰਬੈਸਡਰ ਸਾਹਿਬ ਜਿਹੜੇ ਆਪਣੇ ਮਸਕਟ ਦੇ, ਉਹਨਾਂ ਨੇ ਇੱਕ ਮੈਂ ਲੈਟਰ ਲਿਖੀ ਸੀ ਕਿ ਇੰਨੀਆਂ ਲੜਕੀਆਂ, ਉਸ ਟਾਈਮ ਦੇ ਉੱਤੇ 65 ਲੜਕੀਆਂ ਜਿਹੜੀਆਂ ਸੀ ਇੰਡੀਅਨ ਅੰਬੈਸੀ ਦੀ ਕਸਟੱਡੀ ਵਿੱਚ ਸੀ, ਜਿਹੜੀਆਂ ਲੜਕੀਆਂ ਉੱਥੇ ਭੱਜ ਕੇ ਆ ਕੇ ਉਹਨਾਂ ਨੇ ਉੱਥੇ ਸ਼ਰਨ ਲੈ ਲਈ ਸੀ। ਕੁਛ ਲੜਕੀਆਂ ਬਾਹਰ ਦੀਆਂ ਸੀ, ਟੋਟਲ 104 ਲੜਕੀਆਂ ਉਹਨਾਂ ਦਿਨਾਂ ਵਿੱਚ ਸਾਡੀ ਜੋ ਮੇਰੀ ਰਿਪੋਰਟ ਸੀ ਉਹਦੇ ਮੁਤਾਬਕ ਸੀ। ਕੋਈ ਐਕਸ਼ਨ ਨਹੀਂ ਹੋ ਪਾਇਆ ਉੱਥੇ ਜ਼ਿਆਦਾ। ਹੁਣ ਅਸੀਂ ਫਿਰ ਦੁਬਾਰਾ ਜਿਹੜਾ ਇਹਨੂੰ ਅਸੀਂ ਸਟੱਡੀ ਕੀਤਾ। ਅੱਜ ਦੀ ਡੇਟ ਵਿੱਚ ਵੀ ਤਕਰੀਬਨ 89 ਲੜਕੀਆਂ ਜਿਹੜੀਆਂ ਕਿ ਅੰਬੈਸੀ ਦੀ ਕਸਟੱਡੀ 'ਚ ਹੈਗੀਆਂ ਨੇ ਇਸਲੇ ਮਸਕਟ ਵਿੱਚ। ਕੁਛ ਲੜਕੀਆਂ ਬਾਹਰ ਹੈਗੀਆਂ ਨੇ, ਇਹਨਾਂ ਵਿੱਚੋਂ 6 ਲੜਕੀਆਂ ਪੰਜਾਬ ਦੀਆਂ ਨੇ। ਕੁਛ ਪੰਜਾਬੀ ਲੜਕੀਆਂ ਜਿਹੜੀਆਂ ਨੇ ਉਹ ਬਾਹਰ ਅਜੇ ਵੀ ਜਿਹੜੀਆਂ ਉਹ ਜ਼ਿੰਮੀਦਾਰਾਂ ਕੋਲ ਕੰਮ ਕਰ ਰਹੀਆਂ ਨੇ। ਜਦੋਂ ਇਹਨਾਂ ਨੂੰ ਛੁਡਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਮੰਗਦੇ ਨੇ ਕਿ ਸਾਨੂੰ ਜਿਹੜੇ ਜਿੰਨਾ 'ਚ ਅਸੀਂ ਪਰਚੇਜ਼ ਕੀਤੀ ਲੜਕੀ ਸਾਨੂੰ ਕੀਮਤ ਦਿੱਤੀ ਜਾਵੇ। ਦੂਸਰਾ, ਜਿਸਲੇ ਉਹ ਲੜਕੀਆਂ ਇਲੀਗਲ ਸੀ ਉਹਨਾਂ ਨੂੰ ਲੀਗਲ ਕੀਤਾ ਗਿਆ ਅਤੇ ਉਹਨਾਂ ਦੇ ਜਿਹੜੇ ਖਰਚੇ ਹੋਏ ਨੇ, ਉਹਨਾਂ ਦੇ ਵੀਜ਼ੇ ਦੇ ਐਕਸਪੈਂਸ, ਉਹ ਵੀ ਉਹ ਜਿਹੜਾ ਜ਼ਿੰਮੀਦਾਰ ਨੇ ਜਾਂ ਅਗਲੇ ਸਪੋਂਸਰਸ ਹੈਗੇ ਨੇ, ਉਹ ਉਸ ਚੀਜ਼ ਨੂੰ ਮੰਗਦੇ ਨੇ। ਟਰੱਸਟ ਨੇ ਪਿਛਲੇ ਸਾਲ ਵੀ ਇਹੀ ਗੱਲ ਕਹੀ ਸੀ, ਮੈਂ ਅੱਜ ਵੀ ਇਹੀ ਗੱਲ ਅਨਾਊਂਸ ਕਰਨੀ ਚਾਹੁੰਦਾ ਕਿ ਆਪਣੇ ਇੰਡੀਆ ਦੀਆਂ ਜਿੰਨੀਆਂ ਵੀ ਲੜਕੀਆਂ ਉੱਥੇ ਫਸੀਆਂ, ਤਕਰੀਬਨ 100 ਦੇ ਕਰੀਬ ਅੱਜ ਵੀ ਹੈਗੀਆਂ ਨੇ, ਸੋ ਇਹਨਾਂ ਦਾ ਜਿੰਨਾ ਵੀ ਖਰਚਾ, ਚਾਹੇ ਕੋਈ ਵੀ, ਚਾਹੇ ਉਹ ਕੋਰਟ ਫੀਸ ਹੈਗੀ ਹੈ, ਚਾਹੇ ਉਹ ਇਮੀਗ੍ਰੇਸ਼ਨ ਦੀ ਫੀਸ ਹੈ, ਓਵਰਸਟੇ ਹੋ ਚੁੱਕੇ ਹੋਏ ਨੇ, ਜਾਂ ਜਿਸ ਲੜਕੀਆਂ ਵੇਚੀਆਂ ਗਈਆਂ ਸੀ ਜ਼ਿੰਮੀਦਾਰ ਪੈਸੇ ਮੰਗ ਰਹੇ ਨੇ, ਤਾਂ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਵੀਜ਼ੇ ਦੇ ਐਕਸਪੈਂਸ ਹੈਗੇ ਨੇ, ਉਹ ਸਾਰਾ ਖਰਚਾ ਜਿਹੜਾ ਉਹ ਟਰੱਸਟ ਕਰਨ ਨੂੰ ਤਿਆਰ ਹੈ। ਜਿੰਨਾ ਵੀ ਖਰਚਾ ਹੋਏਗਾ, ਇਹਦੇ ਲਈ ਮੈਂ ਰਿਕੁਐਸਟ ਕਰਦਾ ਇੰਡੀਆ ਗੌਰਮੈਂਟ ਨੂੰ ਕਿ ਅੰਬੈਸੀ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਣ ਕਿ ਅੰਬੈਸੀ ਜਿਹੜਾ ਸਰਬੱਤ ਦੇ ਪਹਿਲਾਂ ਚੈਰੀਟੇਬਲ ਟਰੱਸਟ ਹੈ, ਸੋ ਇਹਨੂੰ ਪੂਰਾ ਸਪੋਰਟ ਕਰੇ, ਸਾਡਾ ਸਾਥ ਦੇਵੇ, ਕਿਉਂਕਿ ਅਸੀਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਅਸੀਂ ਗੌਰਮੈਂਟ 'ਤੇ ਕੋਈ ਲੋਡ ਨਹੀਂ ਪਾਉਣਾ ਚਾਹੁੰਦੇ, ਲੇਕਿਨ ਸਾਨੂੰ ਹੈਲਪ ਚਾਹੀਦੀ ਹੈ। ਕਈਆਂ ਦੇ ਪਾਸਪੋਰਟ ਨਹੀਂ ਹੈਗੇ, ਆਊਟ ਪਾਸ ਬਣਨੇ ਨੇ, ਜੋ ਵੀ ਹੈ, ਸੋ ਇਹ ਅਸੀਂ ਹੈਲਪ ਮੰਗਦੇ ਹਾਂ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।